ਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣੇ YouTube ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਕੇ ਆਏ ਹਾਂ ਵਿਗਿਆਨ ਦਾ 10th ਕਲਾਸ ਦਾ ਪੇਪਰ। ਦੋਸਤੋ, ਇੱਕ ਪਹਿਲਾਂ ਵੀ ਅਪਲੋਡ ਕੀਤਾ ਹੋਇਆ, ਉਹਦੇ ਬਹੁਤ ਚਾਂਸਿਸ ਆ ਤੁਹਾਨੂੰ ਆਉਣ ਦੇ, ਠੀਕ ਹੈ। ਜੇ ਤੁਹਾਡੇ ਮੈਡਮ ਨੇ ਖੁਦ ਵੀ ਬਣਾਤਾ ਨਾ, ਉਹ 'ਚ ਆਰਾਮ ਨਾਲ 40-50 ਨੰਬਰਾਂ ਦਾ ਤੁਹਾਡਾ ਆਰਾਮ ਨਾਲ ਨਿਕਲੂਗਾ। ਸੋ ਉਹ ਵੀਡੀਓ ਜ਼ਰੂਰ ਚੈੱਕਆਊਟ ਕਰ ਲਿਓ, ਮੈਂ ਤੁਹਾਨੂੰ ਦੱਸਦਾ ਕਿਵੇਂ ਚੈੱਕਆਊਟ ਕਰਨੀ ਆ। ਅਤੇ ਦੋਸਤੋ, ਤੁਸੀਂ ਉਹ ਵੀਡੀਓ ਕਿਵੇਂ ਦੇਖਣੀ ਹੈ ਮੈਂ ਦੱਸਦਾ। ਸਭ ਤੋਂ ਪਹਿਲਾਂ ਤੁਹਾਨੂੰ ਇਹ ਵੀਡੀਓ ਲਾਈਕ ਅਤੇ ਆਪਸ਼ਨ 'ਤੇ ਕਲਿੱਕ ਕਰ ਦੇਣਾ ਵਾ, ਐਂ, ਠੀਕ ਹੈ। ਫਿਰ ਉਸ ਤੋਂ ਬਾਅਦ ਕਮੈਂਟ ਸੈਕਸ਼ਨਾਂ 'ਤੇ ਆ ਜਾਣਾ, ਅਤੇ ਫਿਰ ਇੱਥੇ ਤੁਹਾਨੂੰ ਦਿਸ ਰਿਹਾ ਹੋਊਗਾ ਸਾਇੰਸ ਪੇਪਰ, ਠੀਕ ਹੈ। ਸੋ ਇੱਥੇ ਤੁਸੀਂ ਬਸ ਕਲਿੱਕ ਕਰ ਦਿਓ ਨੀਲੇ ਜਿਹੇ ਰੰਗ 'ਤੇ, ਅਤੇ ਤੁਹਾਡੇ ਸਾਹਮਣੇ ਉਹ ਪੇਪਰ ਸ਼ੁਰੂ ਹੋ ਜੂਗਾ, ਠੀਕ ਹੈ, ਜਿਹੜਾ ਮੈਂ ਕਹਿ ਰਿਹਾ ਸੀਗਾ। ਆਹ ਪੇਪਰ ਆ, ਇਹਨੂੰ ਚੰਗੀ ਤਰ੍ਹਾਂ ਕਰ ਲਿਓ, ਇਹਦੇ ਆਉਣ ਦੇ ਬਹੁਤ ਚਾਂਸਿਸ ਆ। ਸੋ ਹੁਣ ਕਰਦੇ ਹਾਂ ਜੀ ਪੇਪਰ ਆਪਣਾ, ਇਹ ਵਾਲਾ ਪੇਪਰ ਹੋਊਗਾ, ਚੈੱਕਆਊਟ ਕਰ ਲਿਓ। ਹੁਣ ਆਪਾਂ ਪੇਪਰ ਕਰਦੇ ਹਾਂ ਆਪਣਾ। ਸੋ ਦੋਸਤੋ, ਜਿਹੜਾ ਸਭ ਤੋਂ ਪਹਿਲਾਂ ਦਿਖਾਇਆ ਸੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਪੇਪਰ ਸੋਲਵ ਕਰਕੇ ਦੱਸਣਾ ਚਾਹੂੰਗਾ। ਅਤੇ ਦੋਸਤੋ, ਇਹ ਪੇਪਰ ਬਹੁਤ ਸਾਰੇ ਜਾਣੇ ਐਤਕੀ ਪਾ ਰਹੇ ਆ, ਬਟ ਇਹ ਫੇਕ ਪੇਪਰ ਆ ਦੋਸਤੋ, ਕਿਉਂਕਿ ਇਹ ਪਿਛਲੇ ਸਾਲ ਦਾ ਪੇਪਰ ਹੈ, ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ 2022-2023, ਠੀਕ ਹੈ। ਪੂਰਾ ਸਿਲੇਬਸ ਚੇਂਜ ਹੋਇਆ ਹੋਇਆ, ਜਿਹੜਾ ਮੈਂ ਹੁਣ ਪੇਪਰ ਪਾਇਆ ਹੋਇਆ, ਜਿਹੜਾ ਤੁਹਾਨੂੰ ਕਿਹਾ ਦੇਖਣ ਨੂੰ, ਉਹ ਸਿਲੇਬਸ ਦੇ ਨਾਲ ਅਪਡੇਟਡ ਆ, ਉਹ ਜ਼ਰੂਰ ਦੇਖਿਓ, ਠੀਕ ਹੈ। 2022-2023 ਆ, ਜਿਹਨੇ ਅਪਲੋਡ ਕੀਤਾ ਹੋਇਆ ਉਹਦੇ ਕਮੈਂਟ ਸੈਕਸ਼ਨਾਂ 'ਚ ਲਿਖ ਦਿਓ ਓਲਡ ਪੇਪਰ ਲਿਖ ਰਹੇ ਹੋ, ਠੀਕ ਹੈ ਤੁਸੀਂ। ਸੋ ਕਰਦੇ ਹਾਂ ਜੀ ਵੀਡੀਓ ਸਟਾਰਟ। ਕੁੱਲ ਅੰਕ ਹੋਣਗੇ ਤੁਹਾਡੇ ਕੋਲ 80, ਠੀਕ ਹੈ, 3 ਘੰਟੇ ਦਾ ਪੇਪਰ। ਸਿਲੇਬਸ ਦੇ ਹਿਸਾਬ ਨਾਲ ਜਿਹੜਾ ਕੁਸ਼ਚਨ ਇਹ 'ਚ ਨਹੀਂ ਹੋਊਗਾ ਉਹ ਮੈਂ ਕਹੀ ਜਾਊਂਗਾ ਤੁਹਾਨੂੰ, ਇਹ ਸਿਲੇਬਸ 'ਚ ਨਹੀਂ ਹੈਗਾ, ਇਹ ਤੁਸੀਂ ਯਾਦ ਨਾ ਕਰੋ, ਠੀਕ ਹੈ। ਸੋ ਕਰਦੇ ਹਾਂ ਵੀਡੀਓ ਸਟਾਰਟ। ਸੋ ਫਸਟ ਹੈਗਾ ਜੀ ਆਪਣਾ, ਅਨੀਤਾ ਨੇ ਬਾਜ਼ਾਰ ਵਿੱਚੋਂ ਮੱਠੀਆਂ ਖਰੀਦੀਆਂ, ਠੀਕ ਹੈ। ਮੱਠੀਆਂ ਖਰੀਦੀਆਂ, ਕੁਛ ਦਿਨਾਂ ਬਾਅਦ ਉਹ ਖਰਾਬ ਹੋ ਗਈਆਂ, ਦੁਰਗੰਧ ਆਉਣ ਲੱਗ ਗਈ, ਮਤਲਬ ਸਲਾਬ ਗਈਆਂ। ਸੋ ਕੀ ਹੋ ਗਿਆ ਜੀ, ਉਹ 'ਚ ਆਕਸੀਜਨ ਆ ਗਈ, ਠੀਕ ਹੈ, ਤਾਂ ਹਰ ਖਰਾਬ ਹੋ ਗਈ। ਆਧੁਨਿਕ ਵਰਤੀ ਵਾਲਾ, ਸੋ ਆਧੁਨਿਕ ਵਰਤੀ ਵਾਲਾ ਹੈ ਨੀਗਾ, ਠੀਕ ਹੈ, ਆਪਣੇ ਉਹਨੂੰ ਚੈਪਟਰ। ਸੋ ਇਹ ਆਪਾਂ ਨਹੀਂ ਕਰਾਂਗੇ। ਤੀਸਰਾ ਆ ਜਾਂਦਾ ਜੀ ਆਪਣੇ ਕੋਲ, ਅਵਤਾਰ ਦੇ ਦੰਦਾਂ ਵਿੱਚ ਪੀੜ ਹੋਣ 'ਤੇ ਡਾਕਟਰ ਨੇ ਇੱਕ ਦਰਪਣ ਰਾਹੀਂ ਉਸ ਦੇ ਦੰਦਾਂ ਦਾ ਮੁਆਇਨਾ ਕੀਤਾ। ਡਾਕਟਰ ਵੱਲੋਂ ਕਿਹੜਾ ਦਰਪਣ ਉਪਯੋਗ ਵਿੱਚ ਲਿਆਂਦਾ ਗਿਆ? ਸੋ ਕਿਹੜਾ ਲਿਆਂਦਾ ਗਿਆ ਜੀ? ਅਵਤਲ, ਠੀਕ ਹੈ। ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਆਜੂਗਾ ਜੀ ਆਪਣਾ, ਗਰਮ ਪਾਣੀ ਪ੍ਰਾਪਤ ਕਰਨ ਲਈ ਅਸੀਂ ਸੂਰਜੀ ਪਾਣੀ ਹੀਟਰ ਦਾ ਉਪਯੋਗ ਕਿਸ ਦਿਨ ਨਹੀਂ ਕਰਦੇ? ਸੋ ਇਹ ਆਪਾਂ ਨੂੰ ਹੈ ਨਹੀਂ, ਬਟ ਜਨਰਲ ਨੌਲੇਜ ਯਾਦ ਰੱਖ ਲਓ, ਬੱਦਲਾਂ ਵਾਲੇ ਦਿਨ, ਠੀਕ ਹੈ। ਸੋ ਇਹ ਹੈ ਨਹੀਂ ਆਪਾਂ ਨੂੰ। ਹੇਠ ਲਿਖਿਆ ਵਿੱਚੋਂ ਕਿਹੜਾ ਬਾਇਓਪੁੰਜ ਊਰਜਾ ਦਾ ਸਰੋਤ ਨਹੀਂ ਆ, ਠੀਕ ਆ। ਸੋ ਕੀ ਹੈ ਇਹਦਾ ਆਂਸਰ? ਇਹਦਾ ਆਂਸਰ ਹੈਗਾ ਜੀ ਨਿਊਕਲੀਅਰ ਊਰਜਾ, ਠੀਕ ਹੈ। ਸੋ ਨੈਕਸਟ ਆਜੂਗਾ ਜੀ, ਬਾਇਓਗੈਸ ਦਾ ਮੁੱਖ ਹਿੱਸਾ ਕਿਹੜਾ, ਠੀਕ ਆ, ਕਿਹੜਾ ਵਾ? ਮੀਥੇਨ, ਠੀਕ ਹੈ। ਫਿਰ ਆਜੂਗਾ ਜੀ ਆਪਣਾ, ਸੂਰਜ ਵਿੱਚ ਹਾਈਡਰੋਜਨ ਡੈਸ਼ ਤਬਦੀਲ ਹੋ ਜਾਂਦਾ, ਠੀਕ ਹੈ, ਹੀਲੀਅਮ, ਹੀਲੀਅਮ। ਨੈਕਸਟ ਆਜੂਗਾ, ਭੋਜਨ ਪਕਾਉਣ ਸਮੇਂ ਭਾਂਡਿਆਂ ਦਾ ਥੱਲਾ ਬਾਹਰੋਂ ਕਾਲਾ ਹੋ ਜਾਂਦਾ ਹੈ, ਇਹ ਸਪਸ਼ਟ ਹੈ। ਬਾਲਣ ਪੂਰੀ ਤਰ੍ਹਾਂ ਨਹੀਂ ਚੱਲ ਰਿਹਾ, ਠੀਕ ਹੈ, ਪਿਛਲੀ 'ਚ ਵੀ ਆਇਆ ਹੋਇਆ ਸੀ ਆਪਾਂ ਨੂੰ, ਬਹੁਤ ਇੰਪੋਰਟੈਂਟ ਆ। ਜਿਹੜੇ ਜਿਹੜੇ ਆਈ ਜਾ ਰਹੇ ਆ ਨਾ ਦੁਬਾਰਾ ਦੁਬਾਰਾ, ਮਤਲਬ ਜਿਹੜਾ ਆਪਾਂ ਪਿਛਲਾ ਪੇਪਰ ਕੀਤਾ ਸੀ ਉਹ 'ਚ, ਇਹ 'ਚ ਵੀ ਆ ਰਹੇ ਆ, ਮਤਲਬ ਉਹ ਪੱਕੇ ਯਾਦ ਕਰੋ। ਨੈਕਸਟ ਆਜੂਗਾ ਜੀ ਆਪਣਾ, ਕਾਰਬਨ ਦਾ ਪਰਮਾਣੂ ਅੰਕ 6 ਹੈ, ਇਸਦੀ ਇਲੈਕਟ੍ਰੋਨਿਕ ਤਰਤੀਬ ਕੀ ਹੋਏਗੀ? 2-6, ਮੇਰੇ ਸਾਹਮਣੇ ਇਹ ਵੀ ਨਹੀਂ ਹੈਗਾ ਵਾ। ਸੋ ਨੈਕਸਟ ਆਜੂ, ਪ੍ਰਕਿਰਤੀ ਵਿੱਚ ਕਾਰਬਨ ਤੱਤ ਬਹੁਤ ਸਾਰੇ ਵੱਖ ਵੱਖ ਰੂਪਾਂ ਵਿੱਚ ਪਾਇਆ ਜਾਂਦਾ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਬਨ ਦਾ ਇੱਕ ਰੂਪ ਹੈ? ਸੋ ਕਿਹੜਾ ਵਾ? ਉਪਰੋਕਤ ਸਾਰੇ। ਨੈਕਸਟ ਕਰਦੇ ਹਾਂ ਜੀ ਆਪਣਾ, ਨੈਕਸਟ ਆਜੂ, ਪੌਦਿਆਂ ਵਿੱਚ ਜਾਇਲਮ ਦਾ ਕੰਮ ਹੈ, ਠੀਕ ਆ, ਕੀ ਆ? ਪਾਣੀ ਦਾ ਪ੍ਰਵਹਿਣ, ਇਹ ਪਿਛਲੇ ਪੇਪਰ 'ਚ ਵੀ ਆਇਆ ਸੀ, ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ। ਸਵੈ ਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ, ਕੀ ਆ, ਕੀ ਆ ਦੱਸੋ? ਬਾਰਵੇਂ ਦਾ ਹੈਗਾ ਜੀ ਸੱਸਾ, ਉਪਰੋਕਤ ਸਾਰੇ। ਨੈਕਸਟ ਆਜੂਗਾ, ਏਟੀਪੀ ਦਾ ਪੂਰਾ ਨਾਮ, ਏਟੀਪੀ ਦਾ ਪੂਰਾ ਨਾਮ ਹੈਗਾ ਜੀ ਆਪਣਾ ਊੜਾ, ਠੀਕ ਹੈ। ਸੋ ਨੈਕਸਟ ਕਰਦੇ ਹਾਂ ਜੀ, ਅਲਿੰਗੀ ਜਨਨ ਬੀਡਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ, ਠੀਕ ਹੈ, ਯੀਸਟ 'ਚ। ਸੋ ਇਹ ਵੀ ਆਪਾਂ ਕੀਤਾ ਸੀਗਾ ਸ਼ਾਇਦ। ਹੇਠ ਲਿਖਿਆ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਨਨ ਪ੍ਰਣਾਲੀ ਦਾ ਭਾਗ ਨਹੀਂ ਹੈ? ਸ਼ੁਕਰਾਣੂ ਵਹਿਣੀ, ਇਹ ਵੀ ਆਪਾਂ ਨੂੰ ਆਇਆ ਸੀਗਾ। ਸੋ ਨੈਕਸਟ ਆਜੂਗਾ ਜੀ ਆਪਣਾ, ਹੇਠ ਲਿਖੇ ਹੇਠ ਕੇਲਾ ਗੁਲਾਬ ਜੈਸਮੀਨ ਸੰਤਰਾ ਵਰਗੇ ਪੌਦਿਆਂ ਨੇ ਡੈਸ਼ ਪੈਦਾ ਕਰਨ ਦੀ ਸਮਰੱਥਾ ਗੁਆ ਦਿੱਤੀ ਹੈ, ਠੀਕ ਹੈ, ਫੁੱਲ। ਨੈਕਸਟ ਆਜੂਗਾ ਜੀ ਆਪਣਾ, ਸੋਰੀ ਫੁੱਲ ਨਹੀਂ, ਸੋਲਵਾਂ ਵਾ, ਹਾਂ ਫੁੱਲ ਹੀ ਆ। ਛਿਪਕਲੀ ਨੂਦੀ ਪੂੰਛ ਕੱਟੇ ਜਾਣ ਤੋਂ ਕੁਛ ਦਿਨਾਂ ਬਾਅਦ ਦੁਬਾਰਾ ਵਿਕਸਿਤ ਹੋ ਜਾਂਦੀ ਹੈ, ਇਹਨੂੰ ਕੀ ਕਹਿੰਦੇ ਆ? ਪੂਰਨ ਜਨਮ, ਠੀਕ ਹੈ। ਸੋ ਹੁਣ ਕਰਦੇ ਜੀ ਨੈਕਸਟ। ਸੋ ਇਹ 'ਚ ਮੈਂ ਤੁਹਾਨੂੰ ਦੱਸਦਾ ਚਾਹਣਾ ਵਾ, ਇਹ ਤਿੰਨੋਂ ਆਪਾਂ ਨੂੰ ਹੈ ਨੀਗੇ, ਜਿਹੜੇ ਆ 19ਵਾਂ 20ਵਾਂ 21ਵਾਂ, ਇਹ ਹੈ ਨੀਗਾ। 18ਵਾਂ ਹੈਗਾ ਵਾ, ਜੋ ਆਪਾਂ ਕੀਤਾ ਸੀਗਾ ਪਿਛਲੇ ਪੇਪਰ 'ਚ ਵੀ। ਸੋ ਇੱਕ ਆਹ ਸੀਗਾ, ਕਿਉਂਕਿ ਦਰਪਣ ਹਮੇਸ਼ਾ ਸਿੱਧਾ ਅਤੇ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ, ਇਸ ਦੀ ਬਾਹਰ ਵੱਲ ਮਤਲਬ ਜ਼ਿਆਦਾ ਹੁੰਦਾ ਇਹ, ਇਸ ਕਰਕੇ ਇਹਦਾ ਦ੍ਰਿਸ਼ਟੀ ਖੇਤਰ ਵੱਧ ਹੁੰਦਾ ਹੈ, ਜਿਸ ਕਰਕੇ ਡਰਾਈਵਰ ਨੂੰ ਵੱਧਦਾ ਖੇਤਰ ਦਿਖਦਾ ਹੈ। ਇਸ ਲਈ ਇਹ ਯੂਜ਼ 'ਤੇ ਆਉਂਦੇ ਆ, ਠੀਕ ਹੈ, ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜ਼ ਲਈ ਵਰਤਿਆ ਜਾਂਦਾ ਵਾ। ਸੋ ਦੋਸਤੋ, ਇਹ ਪੇਪਰ ਤੁਹਾਨੂੰ ਆਉਣਾ ਨਹੀਂ ਗਾ, ਇਹ 'ਚ ਇੰਪੋਰਟੈਂਟ ਕੁਸ਼ਚਨ ਦੱਸ ਰਿਹਾ ਵਾਂ, ਠੀਕ ਹੈ। ਸੋ ਇਹ ਪਾਇਆ ਹੋਇਆ ਸੀ ਕਿਸੇ ਨੇ, ਵੱਡੇ ਬੰਦੇ ਨੇ,
ਸੋ ਮੈਂ ਕਿਹਾ ਤੁਹਾਡਾ ਗਲਤ ਨਾ ਹੋ ਜਾਵੇ ਤਾਂ ਮੈਂ ਇਹ ਸਾਰਾ ਕੁਛ ਤੁਹਾਨੂੰ ਦੱਸ ਰਿਹਾ। ਸੋ ਉਸ ਤੋਂ ਬਾਅਦ ਆਪਣੇ ਕੋਲ 22ਵਾਂ ਜਿਹੜਾ 22ਵਾਂ ਵੀ ਨਹੀਂ ਹੈਗਾ ਵਾ, ਠੀਕ ਹੈ। ਸੋ 22ਵਾਂ ਇਕੱਠ ਕਰ ਦਿਓ ਹੇਠ ਲਿਖਿਆਂ ਵਿੱਚੋਂ ਯੋਗਿਕਾਂ ਦੀ ਰਚਨਾ ਲਿਖੇ ਚਿੱਤਰ ਬਣਾਓ, ਠੀਕ ਹੈ। ਐਥੋਨਿਕ ਐਸਿਡ ਅਤੇ ਹੈਕਸੇਨ ਐਲ, ਚਲੋ ਦੇਖਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਐਥੋਨਿਕ ਐਸਿਡ ਇਹ ਆ, ਠੀਕ ਹੈ। ਸੋ ਜਿਹੜਾ ਆਪਣਾ ਹੈਕਸੇਨ ਐਲ ਹੈ ਇਹ ਆ। ਸੋ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ। ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਆਜੂਗਾ ਜੀ ਆਪਣਾ ਹਾਈਡਰੋਜਨ ਤੋਂ ਕੀ ਭਾਵ ਹੈ, ਇਸਦਾ ਉਦਯੋਗ ਕੀ ਆ, ਠੀਕ ਹੈ। ਸੋ ਦੋਸਤੋ ਦੇਖਦਾ ਆਂਸਰ ਤੁਸੀਂ ਦੇਖ ਸਕਦੇ ਹੋ। ਨਿਕਲ ਵਰਗੀ ਪ੍ਰੇਰਿਤਕ ਮੌਜੂਦਗੀ ਵਿੱਚ ਅਸਪ੍ਰਿਤ ਹਾਈਡਰੋਜਨ ਵਿੱਚ ਹਾਈਡਰੋਜਨ ਜੁੜ ਕੇ ਸੰਪ੍ਰਿਤ ਹਾਈਡਰੋਜਨ ਬਣਨ ਦੀ ਕਿਰਿਆ ਨੂੰ ਹਾਈਡਰੋਜਨ ਕਹਿੰਦੇ ਹਨ। ਉਦਯੋਗਾਂ ਵਿੱਚ ਹਾਈਡਰੋਜਨ ਕਿਰਿਆ ਨਾਲ ਬਨਸਪਤੀ ਤੇਲਾਂ ਤੋਂ ਘਿਓ ਤਿਆਰ ਕੀਤਾ ਜਾਂਦਾ, ਠੀਕ ਹੈ। ਹੁਣ ਕਰਦੇ ਹਾਂ ਨੈਕਸਟ, ਠੀਕ ਹੈ ਦੋਸਤੋ। ਇਹ ਪੂਰਾ ਤੁਸੀਂ ਪੜ੍ਹ ਲਿਓ, ਠੀਕ ਹੈ, ਅਤੇ ਘਿਓ ਨਾਲ ਤਿਆਰ ਕੀਤਾ ਜਾਂਦਾ। ਹੁਣ ਕਰਦੇ ਹਾਂ ਨੈਕਸਟ। ਸੋ ਉਸ ਤੋਂ ਬਾਅਦ ਹੈਗਾ ਜੀ ਸਾਡੇ ਮੈਦੇ ਵਿੱਚ ਤੇਜ਼ਾਬ ਦੀ ਕੀਮਤ ਆ, ਠੀਕ ਹੈ। ਸੋ 16ਵਾਂ ਆਪਾਂ ਨੂੰ ਹੈ ਨਹੀਂ ਗਾ ਸ਼ਾਇਦ, ਠੀਕ ਹੈ, ਬਾਕੀ ਪਤਾ ਨਹੀਂ। 16ਵਾਂ ਆਪਾਂ ਕਰਾਂਗੇ ਨਹੀਂ, ਇੰਪੋਰਟੈਂਟ ਵੀ ਨਹੀਂ ਹੈਗਾ, ਠੀਕ ਹੈ। ਸੋ 25ਵਾਂ ਕਰਾਂਗੇ, 27ਵਾਂ, ਠੀਕ ਹੈ, ਸਾਡੇ ਸਰੀਰ ਵਿੱਚ ਹੀਮੋਗਲੋਬਿਨ ਘੱਟ ਇਹ ਨਹੀਂ ਕਰਨਾ, ਠੀਕ ਹੈ। 25ਵਾਂ ਅਤੇ 28ਵਾਂ, ਠੀਕ ਹੈ, 25ਵਾਂ ਅਤੇ 28ਵਾਂ ਅਤੇ 29ਵੇਂ ਦੇ ਕਾਰਜ ਵੀ ਤੁਹਾਨੂੰ ਦਿਖਾ ਦੂੰਗਾ, ਚਲੋ ਕਰੀਏ। ਨੈਕਸਟ ਆਜੂਗੀ ਜੀ ਸਾਡੇ ਮੇਦੇ ਵਿੱਚ ਤੇਜ਼ਾਬ ਬੈਕਟੀਰੀਆ ਨੂੰ ਮਾਰਦਾ ਹੈ, ਪੈਪਸਿਨ ਐਂਜ਼ਾਈਮ ਦੀ ਕਿਰਿਆ ਨਾਲ ਤੇਜ਼ਾਬੀ ਮਾਧਿਅਮ ਤਿਆਰ ਕਰਦਾ ਹੈ। ਹੁਣ ਕਰਦੇ ਹਾਂ ਜੀ ਨੈਕਸਟ। ਸੋ ਇਹਦਾ ਆਂਸਰ ਹੈਗਾ ਜੀ ਮਾਂ ਦੇ ਸਰੀਰ ਵਿੱਚ ਭਰੂਣ ਕਿਵੇਂ ਪੋਸ਼ਣ ਪ੍ਰਾਪਤ ਕਰਦਾ ਹੈ। ਮਾਂ ਦੇ ਸਰੀਰ ਵਿੱਚ ਗਰਭ ਧਾਰਨ ਕਰਨ ਅਤੇ ਬੱਚੇ ਦੇ ਵਿਕਾਸ ਲਈ ਵਿਕਾਸ, ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਅਨੁਕੂਲ ਹੁੰਦਾ ਹੈ, ਜਿਸ ਲਈ ਬੱਚੇਦਾਨੀ ਹਰ ਮਹੀਨੇ ਭਰੂਣ ਨੂੰ ਗ੍ਰਹਿਣ ਕਰਨ ਅਤੇ ਉਸ ਦੇ ਪੋਸ਼ਣ ਤਿਆਰ ਕਰਦੀ ਹੈ, ਠੀਕ ਹੈ। ਇਸ ਲਈ ਅੰਦਰਲੀ ਮੋਟੀ ਪਰਤ ਹੁੰਦੀ ਹੈ, ਠੀਕ ਹੈ। ਭਰੂਣ ਦੇ ਪੋਸ਼ਣ ਲਈ ਲਹੂ ਦਾ ਪ੍ਰਭਾਵ ਵੀ ਵੱਧ ਹੋ ਜਾਂਦਾ ਹੈ। ਭਰੂਣ ਨੂੰ ਮਾਂ ਦੇ ਲਹੂ ਤੋਂ ਹੀ ਪੋਸ਼ਣ ਮਿਲਦਾ ਹੈ, ਠੀਕ ਹੈ, ਲਹੂ ਤੋਂ। ਇਸ ਦੇ ਲਈ ਵਿਸ਼ੇਸ਼ ਰਚਨਾ ਹੁੰਦੀ ਹੈ ਜਿਸ ਨੂੰ ਓਲ ਕਹਿੰਦੇ ਹਨ। ਇਹ ਇੱਕ ਤਸ਼ਤਰੀ ਜਿਹੀ ਰਚਨਾ ਹੁੰਦੀ ਹੈ, ਠੀਕ ਹੈ। ਬਾਕੀ ਤੁਸੀਂ ਇਹ ਪੜ੍ਹ ਲਿਓ। ਹੁਣ ਕਰਦੇ ਨੈਕਸਟ। ਸੋ ਪਤਾਲੂ ਦਾ ਦੇਖ ਲਓ, ਪੇਟ ਦੇ ਖੋੜ ਬਾਹਰ ਪਤਾਲੂ ਥੈਲੀ ਵਿੱਚ ਸਥਿਤ ਹੁੰਦੇ ਹਨ, ਜੋ ਕਿ ਸ਼ੁਕਰਾਣੂ ਅਤੇ ਟੈਸਟਰੋਟ ਹਾਰਮੋਨ ਪੈਦਾ ਕਰਦੇ ਹਨ, ਠੀਕ ਹੈ। ਹੁਣ ਕਰਦੇ ਹਾਂ ਨੈਕਸਟ। ਸੋ ਇਹਦੇ ਵਿੱਚ ਦੇਖ ਲਓ ਕਿਹੜੇ ਕਿਹੜੇ ਆ। ਇੱਕ ਤਾਂ ਹੈਗਾ ਤੀਮਾ, ਠੀਕ ਹੈ, ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦਾ ਉਲਟ ਕਿਉਂ ਆਖਿਆ ਜਾਂਦਾ, ਠੀਕ ਹੈ। ਅਤੇ ਜਿਹੜਾ 31ਵਾਂ ਹੈਗਾ ਇਹ ਹੈ ਨੀਗਾ ਆਪਾਂ ਨੂੰ, ਠੀਕ ਹੈ, ਅਤੇ 32ਵਾਂ ਵੀ ਹੈ ਨੀਗਾ, ਅਤੇ ਜਿਹੜਾ 33ਵਾਂ ਇਹ ਵੀ ਨਹੀਂ ਹੈਗਾ ਵਾ, 34ਵਾਂ ਹੈਗਾ ਵਾ, ਠੀਕ ਹੈ। ਸੋ ਹੁਣ ਆਪਾਂ ਪਹਿਲਾਂ 30ਵਾਂ ਕਰਦੇ ਹਾਂ, ਫਿਰ 34ਵਾਂ ਕਰਦੇ ਹਾਂ, ਠੀਕ ਹੈ, ਫਿਰ 35ਵਾਂ ਕਰਦੇ ਹਾਂ, ਫਿਰ 36ਵਾਂ ਕਰਦੇ ਹਾਂ। ਸੋ ਹੁਣ ਸਾਰੇ ਕਰਾਉਂਦਾ ਮੈਂ ਤੁਹਾਨੂੰ, ਪਹਿਲਾਂ ਅਪਘਟਨ ਕਿਰਿਆ ਨੂੰ ਸੰਯੋਜਨ ਕਿਰਿਆ ਦਾ ਉਲਟ ਕਿਉਂ ਆਖਿਆ ਜਾਂਦਾ ਕਰਦੇ ਹਾਂ। ਸੋ ਇਹਦਾ ਤੁਸੀਂ ਆਪਣੇ ਆਂਸਰ ਦੇਖ ਸਕਦੇ। ਸੰਯੋਜਨ ਕਿਰਿਆ ਵਿੱਚ 2 ਜਾਂ 2 ਤੋਂ ਵੱਧ ਅਭਿਕਾਰਕ ਮਿਲ ਕੇ ਉਤਪਾਦ ਬਣਾਉਂਦੇ ਹਨ, ਪਰ ਇਸ ਦੇ ਉਲਟ ਅਪਘਟਨ 1 ਅਭਿਕਾਰਕ ਨਾਲ ਟੁੱਟ ਕੇ 2 ਤੋਂ ਵੱਧ ਉਤਪਾਦ ਬਣਾਉਂਦਾ। ਫਿਰ ਇਹਨਾਂ ਦੀ ਆਹ ਤੁਸੀਂ ਲਿਖ ਦੇਣੀ ਆ, ਸੰਯੋਜਨ ਕਿਰਿਆ, ਅਪਘਟਨ ਕਿਰਿਆ, ਠੀਕ ਹੈ। ਇਹਨਾਂ ਦੇ ਫੋਰਮੂਲੇ ਜੋ ਵੀ ਇਹ ਲਿਖ ਦੇਣਾ ਵਾ। ਫਿਰ ਨੈਕਸਟ ਕਰਦੇ ਹਾਂ। ਸੋ ਕਾਰਬਨ ਦੇ 2 ਗੁਣ ਆਹ ਵਾ, 4 ਸੰਯੋਗਤਾ, ਠੀਕ ਹੈ। ਇੱਕ ਕਾਰਬਨ ਪਰਮਾਣੂ ਦੂਜੇ ਪਰ 4 ਪਰਮਾਣੂਆਂ ਨਾਲ ਬੰਧਨ ਬਣਾ ਸਕਦਾ ਹੈ, ਠੀਕ ਹੈ। ਲੜੀ ਬੰਧਨ ਕੋਟੇਸ਼ਨ, ਮਤਲਬ ਕਾਰਬਨ ਵਿੱਚ ਕਾਰਬਨ ਦੇ ਹੋਰ ਪਰਮਾਣੂ ਨਾਲ ਬੰਧਨ ਬਣਾਉਣ ਦੀ ਸਮਰੱਥਾ ਲੜੀ ਬੰਧਨ ਕਹਿੰਦੇ ਆ, ਠੀਕ ਹੈ। ਹੁਣ ਕਰਦੇ ਜੀ ਨੈਕਸਟ। ਨੈਕਸਟ ਹੈਗਾ ਜੀ ਆਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਆ, ਚਲੋ ਦੇਖਦੇ ਹਾਂ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੇ ਆ, ਠੀਕ ਹੈ, ਇਹ ਆਕਸੀਜਨ ਦੀ ਮੌਜੂਦਗੀ ਵਿੱਚ ਨਹੀਂ ਹੁੰਦੇ, ਠੀਕ ਹੈ। ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਹੁੰਦਾ ਵਾ, ਠੀਕ ਹੈ, ਇਹ 'ਚ ਅਪਘਟਨ ਨਹੀਂ ਹੁੰਦਾ। ਸਰੀਰ ਵਿੱਚ ਕਾਰਬਨ ਡਾਈਆਕਸਾਈਡ ਪਾਣੀ ਬਣਦੇ ਹਨ, ਇਹਦੇ ਵਿੱਚ, ਠੀਕ ਹੈ, ਕਾਰਬਨ ਅਤੇ ਇਥਨੋਲ ਜਾਂ ਐਸਟੀ ਗੈਸ ਬਣਦੇ ਹਨ। ਸਰੀਰ ਇਸ ਵਿੱਚ ਊਰਜਾ ਪੈਦਾ ਹੁੰਦੀ ਹੈ, ਇਸ ਵਿੱਚ ਘੱਟ ਊਰਜਾ ਪੈਦੀ ਹੁੰਦੀ ਹੈ, ਠੀਕ ਹੈ। ਇਹ ਕਿਰਿਆ ਸੈੱਲ ਦੇ ਮਾਈਟੋਕਾਂਡਰੀਆ ਵਿੱਚ ਹੁੰਦੀ ਹੈ, ਇਹ ਯੀਸਟ 'ਤੇ ਜਾਂ ਸੈੱਲ ਪੇਸ਼ੀਆਂ 'ਚ ਹੁੰਦੀ ਆ। ਹੁਣ ਕਰਦੇ ਜੀ ਨੈਕਸਟ। ਨੈਕਸਟ ਹੈਗਾ ਜੀ ਆਪਾਂ ਇੱਕ ਚਿੱਤਰ ਦਿੱਤਾ ਹੋਇਆ, ਇਹਨੂੰ ਲੇਬਲ ਕਰਨਾ। ਚਿੱਤਰ ਦਿਸ ਨਹੀਂ ਰਿਹਾ, ਮੈਂ ਤੁਹਾਨੂੰ ਲੇਬਲ ਕਰਕੇ ਦਿਖਾਉਂਦਾ ਕਿਹੜਾ। ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਇਹ ਸੀਗਾ ਆਪਣੇ ਆਪ ਨੂੰ, ਠੀਕ ਹੈ। ਸੋ ਇਹ ਜ਼ਿਆਦਾਤਰ ਇਹ ਪੁੱਛਦੇ ਆ ਖੱਬਾ ਗੁਰਦਾ, ਠੀਕ ਹੈ। ਸੋ ਜਿਹੜਾ ਆਹ ਵਾ ਇਹਨੂੰ ਕਹਿੰਦੇ ਆ ਖੱਬਾ ਧਮਨੀ ਅਤੇ ਮਹਾਂ ਧਮਨੀ ਪੁੱਛਦੇ ਆ ਜ਼ਿਆਦਾਤਰ, ਠੀਕ ਹੈ। ਮੂਤਰ ਮਸਾਣਾ, ਮੂਤਰ ਮਾਰਗ, ਠੀਕ ਹੈ, ਬਸ ਇਹੀ ਜ਼ਿਆਦਾ ਪੁੱਛਦੇ ਆ। ਅਤੇ ਹੁਣ ਕਰਦੇ ਜੀ ਨੈਕਸਟ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ 3 ਪੁੱਛੇ ਹੋਣਗੇ, ਇੱਕ ਤਾਂ ਮੂਤਰ ਮਸਾਣਾ ਪੁੱਛਿਆ, ਇੱਕ ਡੰਡੀ, ਇੱਕ ਉੱਤੇ ਪੁੱਛਿਆ ਹੋਣਾ ਕੋਈ। ਉਸ ਤੋਂ ਬਾਅਦ ਜੀ ਗਰਮ ਨਿਰੋਧਨ ਢੰਗਾਂ ਨੂੰ ਅਪਣਾਉਣ ਦੇ ਕੀ ਕਾਰਨ ਹੋ ਸਕਦੇ ਆ, ਕਰਦੇ ਹਾਂ। ਸੋ ਜਿਵੇਂ ਤੁਸੀਂ ਇਹ ਆਂਸਰ ਦੇਖ ਸਕਦੇ ਹੋ ਇੱਕ ਤੁਸੀਂ ਦੇਖ ਕੇ ਕਰ ਲੈਣਾ ਵਾ, ਠੀਕ ਹੈ। ਹੁਣ ਕਰਦੇ ਹਾਂ ਜੀ ਆਪਣਾ ਨੈਕਸਟ। ਨੈਕਸਟ ਆਪਾਂ ਨੂੰ ਸ਼ੁਰੂ ਹੋ ਜਾਣਗੇ ਜੀ, ਚਲੋ ਦੇਖਦੇ ਹਾਂ। ਸੂਰਜ ਚੜ੍ਹਨ ਸਮੇਂ ਲਾਲ ਕਿਉਂ ਪ੍ਰਤੀਤ ਹੁੰਦਾ ਹੈ, ਕਿਸੇ ਪੁਲਾੜ ਯਾਤਰੀ ਨੂੰ ਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਦਿਖਾਈ ਦਿੰਦਾ ਹੈ। ਬਹੁਤ ਇੰਪੋਰਟੈਂਟ ਹੈ, ਇਹਨਾਂ ਨੂੰ ਯਾਦ ਕਰਨਾ ਬਿਲਕੁਲ ਨਾ ਛੱਡਿਓ।
ਸੋ ਪਹਿਲਾਂ ਹੈਗਾ ਪੁਲਾੜ ਯਾਤਰੀ ਵਾਲਾ, ਬਹੁਤ ਹੀ ਉੱਚਾਈ ਦੇ ਹੋਣ ਕਰਕੇ ਪੁਲਾੜ ਯਾਤਰੀ ਨੂੰ ਕੋਈ ਵੀ ਵਾਯੂਮੰਡਲ ਨਹੀਂ ਹੁੰਦਾ, ਠੀਕ ਹੈ ਉੱਥੇ, ਇਸ ਲਈ ਹਵਾ ਦੇ ਕਣਾਂ ਦੀ ਗੈਰ ਮੌਜੂਦਗੀ ਕਾਰਨ ਉੱਥੇ ਕੋਈ ਰੰਗਾਂ ਦਾ ਪ੍ਰਕਾਸ਼ ਨਹੀਂ ਹੁੰਦਾ, ਇਸ ਕਰਕੇ ਪੁਲਾੜ ਯਾਤਰੀ ਨੂੰ ਕਾਸ਼ ਨੀਲਾ ਦਿਖਾਈ ਦਿੰਦਾ ਹੈ। ਨੈਕਸਟ ਹੈਗਾ ਜੀ ਸੂਰਜ ਚੜ੍ਹਨ ਸਮੇਂ ਸੂਰਜ ਪ੍ਰਕਾਸ਼ ਸਾਡੇ ਪਹੁੰਚਣ ਤੱਕ ਉਹਨੂੰ ਦੂਰੋਂ ਵਾਯੂਮੰਡਲ ਤੋਂ ਆਉਣਾ ਪੈਂਦਾ ਹੈ, ਜਿਸ ਕਰਕੇ ਉਸਦੇ ਮੌਜੂਦ ਰੰਗ ਤਰਾਈਆਂ ਘੱਟ ਜਾਂਦੀਆਂ ਹਨ, ਠੀਕ ਹੈ, ਉਹਨਾਂ ਦਾ ਖੰਡਰਾਓ ਨਹੀਂ ਹੋ ਸਕਦਾ। ਵੱਧ ਤਰੰਗ ਰਵਾਈਆਂ ਜਿਵੇਂ ਲਾਲ ਸੰਤਰੀ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਪਹੁੰਚਦੀਆਂ ਹਨ, ਇਸ ਲਈ ਸਾਨੂੰ ਸੂਰਜ ਲਾਲ ਦਿਖਾਈ ਦਿੰਦਾ ਹੈ। ਹੁਣ ਕਰਦੇ ਨੈਕਸਟ। ਨੈਕਸਟ ਹੈਗਾ ਜੀ ਮਨੁੱਖੀ ਅੱਖ ਦਾ ਲੇਵਲ ਚਿੱਤਰ ਬਣਾਓ, ਠੀਕ ਹੈ, ਉਹ ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ਕਿੱਥੇ ਬਣਦਾ, ਠੀਕ ਹੈ, ਰੈਟੀਨਾ 'ਚ ਬਣਦਾ ਵਾ ਪਹਿਲੀ ਗੱਲ, ਠੀਕ ਹੈ, ਅਤੇ ਮਨੁੱਖ ਦੇ ਚਿੱਤਰ ਦਿਖਾਉਣਾ ਤੁਹਾਨੂੰ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਦਾਂ ਬਣਾਉਣਾ ਵਾ, ਬਹੁਤ ਸੌਖਾ ਬਣੂਗਾ ਤੁਹਾਡਾ, ਠੀਕ ਹੈ, ਪਹਿਲਾਂ ਇੱਕ ਗੋਲਾ ਜਿਹਾ ਬਣਾ ਦੇਣਾ ਐਂ ਕਰਕੇ, ਠੀਕ ਹੈ, ਫਿਰ ਐਂ ਜਿਵੇਂ ਕੁੱਤੇ ਦਾ ਮੂੰਹ ਬਣਾਉਂਦੇ ਹਾਂ, ਫਿਰ ਉਹਦੇ ਉੱਤੇ ਐਵੇਂ ਕਰਕੇ ਫਿਰ ਇੱਕ ਹੋਰ ਗੋਲਾ ਬਣਾ ਦਿਓ ਐਂ ਜਿਵੇਂ ਬਣਾਇਆ ਵਾ, ਫਿਰ ਉਹਦੇ ਉੱਤੇ ਵੀ ਐਂ ਕਰ ਦਿਓ, ਫਿਰ ਉੱਤੋਂ ਇੱਕ ਐਂ ਜੀ ਲੀਰ ਬਣਾ ਦਿਓ, ਠੀਕ ਹੈ, ਅਤੇ ਫਿਰ ਇੱਕ ਐਂ ਐਂ, ਠੀਕ ਹੈ, ਬਣ ਗਈ, ਚੱਜ ਨਾਲ ਬਣਾ ਲਿਓ ਥੋੜ੍ਹਾ ਜਿਹਾ, ਅਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਨਾਂ ਲਿਖ ਦੇਣਾ, ਜਿਵੇਂ ਆਹ ਹੈਗੀ ਇਸ ਪ੍ਰਕਾਸ਼ ਨਾੜੀ, ਇਹ ਹੈਗੀ ਰੈਟੀਨਾ, ਇਹ ਹੈਗੀ ਜੀ ਆਪਣੀ ਦੋ ਜਿਹੜੀਆਂ ਇੱਧਰਲੀ ਸਾਈਡ ਆ, ਇਹ ਹੈਗੀ ਸਿਲੀਅਰ ਪੇਸ਼ੀ, ਠੀਕ ਹੈ, ਇਹ ਹੈਗਾ ਜੀ ਆਪਣਾ ਵੀਟੀਅਸ ਸੂਮਰ ਜੋ ਵੀ ਹੈ ਪੜ੍ਹ ਲਿਓ, ਠੀਕ ਹੈ, ਇੱਕ ਹੈਗਾ ਜੀ ਆਪਣਾ ਕਾਰਨੀਆ, ਇਹ ਹੈਗਾ ਜੀ ਆਪਣੀ ਪੁਤਲੀ, ਅਤੇ ਇਹ ਦੋਨੋਂ ਸੇਮ ਆ, ਐਕੂਐਸ ਸੂਮਰ, ਠੀਕ ਹੈ, ਕ੍ਰਿਸਟਲ ਲੈਂਸ ਜਿਹੜਾ ਵਿੱਚ ਆ। ਹੁਣ ਕਰਦੇ ਹਾਂ ਨੈਕਸਟ। ਸੋ ਜਿਹੜੇ ਦੋਸਤੋ ਇਹਦੇ 'ਚ ਜਾਣ ਵਾਲੀ ਆਪਸ਼ਨ ਆ, ਠੀਕ ਹੈ, ਇਹ ਆਪਾਂ ਨੂੰ ਹੈ ਨਹੀਂ ਗੀ, ਆਪਾਂ ਨੂੰ ਹੈਗਾ ਸਾਬਣ ਦੁਆਰਾ ਸਫਾਈ ਕਰਨ ਦੀ ਵਿਧੀ ਦੀ ਵਿਆਖਿਆ ਕਰੋ, ਚਲੋ ਦੇਖਦੇ ਹਾਂ। ਸੋ ਇਹਦਾ ਆਨਸਰ ਤੁਸੀਂ ਜਿਵੇਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਸਾਬਣ ਦੇ ਅਣੂ ਦੇ ਦੋ ਸਿਰ ਹੁੰਦੇ ਆ, ਇੱਕ ਆਇਨੀ ਸਿਰਾ ਹੁੰਦਾ ਅਤੇ ਇੱਕ ਘੁਲਣ ਵਾਲਾ ਜਲ ਸਨੇਹੀ, ਠੀਕ ਹੈ, ਦੂਜਾ ਹੁੰਦਾ ਹਾਈਡਰੋਜਨ ਲੜੀ ਵਾਲਾ ਸਿਰਾ, ਠੀਕ ਹੈ, ਇਸ ਤੋਂ ਤੁਸੀਂ ਸਾਰਾ ਪੜ੍ਹ ਲਿਓ, ਪਿਛਲੇ ਪੇਪਰ 'ਚ ਵੀ ਆਇਆ ਸੀ, ਇੰਪੋਰਟੈਂਟ ਆ। ਹੁਣ ਕਰਦੇ ਹਾਂ ਨੈਕਸਟ। ਸੋ ਉਸ ਤੋਂ ਬਾਅਦ ਆਜੂਗਾ ਜੀ ਪਿਊਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ ਕਿਹੜੇ ਅੰਤਰ ਆਉਂਦੇ ਆ। ਨੈਕਸਟ ਆਜੂਗਾ ਜੀ ਫੁੱਲ ਦੀ ਲੰਬਾਤਮਕ ਅੰਕਿਤ ਚਿੱਤਰ ਬਣਾਓ, ਠੀਕ ਹੈ ਦੋਸਤੋ, ਇਹ ਦੋਨੋਂ ਹੀ ਬਹੁਤ ਇੰਪੋਰਟੈਂਟ ਹੈ, ਠੀਕ ਹੈ, ਪਿਊਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ ਪ੍ਰਬੰਧਨ, ਇਹ ਵੀ ਤੁਹਾਨੂੰ ਪੱਕਾ ਆਊਗਾ, ਫੁੱਲ ਦੀ ਲੰਬਾਤਮਕ ਕਾਰਡ ਦਾ ਵੀ ਇਹ ਵੀ ਤੁਹਾਨੂੰ ਪੱਕਾ ਆਊਗਾ, ਠੀਕ ਹੈ, ਇਹ ਦੋ ਪੱਕੇ ਆ ਪੰਜ ਨੰਬਰ ਦੇ, ਸੋ ਇਹ ਸਾਰੇ ਪੰਜ ਪੰਜ ਨੰਬਰ ਦੇ ਚੱਲ ਰਹੇ ਆ, ਇਹ ਸਮਝਾਤ ਲੜੀ ਵਾਲਾ ਆਪਾਂ ਨੂੰ ਚੈਪਟਰ ਨਹੀਂ ਗਾ, ਸੋ ਹੈਗਾ ਤਾਂ ਦੱਸ ਦਿਓ, ਠੀਕ ਹੈ, ਅਤੇ ਕੀ ਕਹਿੰਦੇ ਆ ਆਪਣਾ ਕਿਸੇ ਪੁਲਾੜ ਯਾਤਰੀ ਸੂਰਜ ਚੜ੍ਹਨ ਸਮੇਂ, ਇਹ ਪੰਜ ਪੰਜ ਨੰਬਰ ਦੇ ਸਾਰੇ ਦੱਸੇ ਆ ਤੁਹਾਨੂੰ, ਅਤੇ ਕੀ ਕਹਿੰਦੇ ਆ ਆਹ ਹੁਣ ਕਰਦੇ ਹਾਂ ਵੀ ਆਹ ਜਿਹੜੇ ਸੀਗੇ ਦੋ ਕੁਸ਼ਚਨ ਰਹਿ ਗਏ ਆਪਣੇ, ਚਲੋ ਕਰੀਏ। ਸੋ ਪਹਿਲਾਂ ਦੇਖ ਲਓ ਇਹ, ਠੀਕ ਹੈ, ਸੋ ਇਹ ਸਾਰਾ ਤੁਸੀਂ ਪੜ੍ਹ ਲੈਣਾ ਵਾ ਇੱਥੋਂ ਇੱਥੇ ਤੱਕ। ਹੁਣ ਕਰਦੇ ਆ ਜੀ ਨੈਕਸਟ। ਨੈਕਸਟ ਹੈਗਾ ਜੀ ਆਪਣਾ ਕੀ ਕਹਿੰਦੇ ਆ ਰਿਹਾ ਕੀ ਕਹਿੰਦੇ ਆ ਫੁੱਲ ਦੀ ਲੰਬਾਤਮਿਕ ਕਾਰਡ, ਠੀਕ ਆ, ਸਾਨੂੰ ਪਹਿਲਾਂ ਫੁੱਲ ਦਾ ਬਣਾਉਣਾ ਕਿਵੇਂ ਸਿੱਖਣਾ ਵਾ, ਸੋ ਪਹਿਲਾਂ ਤੁਸੀਂ ਐਵੇਂ ਕਰਕੇ ਬਣਾ ਲਿਓ, ਫਿਰ ਇਹਦੇ ਉੱਤੇ ਜਿਹੜੀਆਂ ਇਹਦੀਆਂ ਪੱਤੀਆਂ ਵਾ ਉਹ ਡਿਜ਼ਾਇਨ ਕਰ ਲਿਓ, ਫਿਰ ਇਹਦਾ ਕੋਈ ਫੁੱਲ ਦਾ ਡਿਜ਼ਾਇਨ ਬਣਾ ਲਿਓ, ਠੀਕ ਆ, ਜਿੱਦਾਂ ਮਰਜ਼ੀ, ਫਿਰ ਉੱਤੇ ਤਿੰਨ ਚਾਰ ਡੰਡੀਆਂ ਕੱਢ ਦਿਓ ਜਿਵੇਂ ਐਂ ਕੱਢਤੀ ਮੈਂ, ਫਿਰ ਕੁੱਤੇ ਕੈਂ ਟੋਪਾ ਜਿਹਾ ਬਣਾ ਦਿਓ ਕੋਈ ਵਧੀਆ ਜਿਹਾ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਇਹਦੇ ਭਾਗਾਂ ਦਾ ਨਾਂ, ਸਭ ਤੋਂ ਜਿਹੜਾ ਉੱਤੇ ਹੁੰਦਾ ਇਹਨੂੰ ਕਹਿੰਦੇ ਸਟੈਗਮਾ, ਠੀਕ ਹੈ, ਜਿਹੜਾ ਵਿੱਚ ਹੁੰਦਾ ਇਹਨੂੰ ਕਹਿੰਦੇ ਅੰਡਕੋਸ਼, ਠੀਕ ਹੈ, ਇਹਨਾਂ ਦੋਨਾਂ ਨੂੰ ਤੁਸੀਂ ਜੋੜ ਕੇ ਇਸਤਰੀ ਕੇਸ਼ਰ ਬਣਾ ਦੇਣਾ, ਮਤਲਬ ਇਸਤਰੀ ਵਾਲਾ ਪਾਰਟ ਹੈ ਇਹ, ਜਿਹੜਾ ਆਹ ਸਭ ਤੋਂ ਵੱਡੀ ਡੰਡੀ ਹੈ ਇਹਦੇ, ਇਹਨੂੰ ਇਹਦੀ ਡੰਡੀ ਨੂੰ ਕਹਿੰਦੇ ਸਟਾਈਲ, ਠੀਕ ਹੈ, ਉੱਤੇ ਵਾਲੇ ਨੂੰ ਸਟਿਗਮਾ, ਠੀਕ ਹੈ, ਫਿਰ ਜਿਹੜੀ ਆਹ ਜਿਹੜੀਆਂ ਹੁੰਦੀਆਂ ਛੋਟੀਆਂ ਛੋਟੀਆਂ ਇਹਨਾਂ ਨੂੰ ਕਹਿੰਦੇ ਪ੍ਰਾਗੋਸ਼, ਅਤੇ ਜਿਹੜੀ ਇਹਦੀ ਡੰਡੀ ਹੁੰਦੀ ਹੈ ਇਹਨੂੰ ਕਹਿੰਦੇ ਫਲਾਮੈਟ, ਠੀਕ ਹੈ, ਇਹ ਹੋ ਗਈ ਜੀ ਪੁੰਕੇਸ਼ਨ, ਮਤਲਬ ਮੇਲ ਪਾਰਟ, ਠੀਕ ਹੈ। ਸੋ ਇਹ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਆਪਣੀ ਰੰਗਦਾਰ ਪੱਤੀ, ਹਰੀ ਪੱਤੀ ਤਾਂ ਤੁਹਾਨੂੰ ਪਤਾ ਹੀ ਹੋਊਗਾ। ਹੁਣ ਕਰਦੇ ਹਾਂ ਜੀ ਨੈਕਸਟ। ਸੋ ਇਹ ਆਪਣਾ ਕੁਸ਼ਚਨ ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਠੀਕ ਹੈ ਦੋਸਤੋ, ਇਹ ਵੀ ਆਪਾਂ ਨੂੰ ਚਲੋ ਕਰਦੇ ਹਾਂ। ਸੋ ਇਹ ਵੀ ਆਪਣਾ ਪੈਟਰਨ ਦੇ ਹਿਸਾਬ ਨਾਲ ਵਾ, ਠੀਕ ਹੈ। ਸੋ ਪਹਿਲਾਂ ਹੈਗਾ ਜੀ ਵਿਸਥਾਪਨ ਕਿਰਿਆ, ਠੀਕ ਹੈ, ਕਿਹੜੀ ਕਿਰਿਆ, ਵਿਸਥਾਪਨ ਕਿਰਿਆ, ਅਤੇ ਜਿਹੜੀ ਆਹ ਦੂਸਰੀ ਆ ਰਹੀ ਆ ਇਹ 'ਚ ਡੈਸ਼ ਦਾ ਘੋਲ ਸਫੈਦੀ ਕਰਨ ਲਈ ਵਰਤਿਆ ਜਾਂਦਾ। ਸੋ ਇਹਦਾ ਆਨਸਰ ਹੈਗਾ ਜੀ MZ। ਸੋ ਹੁਣ ਕਰਦੇ ਜੀ ਨੈਕਸਟ। ਨੈਕਸਟ ਆ ਜੀ ਇੱਕ ਘੋਲ ਕੁਚਲੇ ਹੋਏ ਆਂਡਿਆਂ ਦੇ ਛਿਲਕੇ ਨਾਲ, ਠੀਕ ਹੈ, ਤਿਆਰ ਕੀਤਾ, ਇਹ 'ਚ ਕਿਹੜੀ ਗੈਸ ਹੋਊਗੀ, HCl, ਠੀਕ ਹੈ। ਨੈਕਸਟ ਆਜੂਗਾ ਜੀ ਬੂਟੋਨ 4 ਕਾਰਬਨ ਵਾਲਾ ਯੋਗਿਕ ਹੈ, ਠੀਕ ਹੈ, ਜਿਸ ਵਿੱਚ ਕਿਰਿਆਤਮਕ ਸਮੂਹ ਹੈ, ਠੀਕ ਹੈ, ਕਾਹਦਾ। ਸੋ ਇਹਦਾ ਆਨਸਰ ਹੈਗਾ ਜੀ ਆਪਣਾ ਕੀਟੋਨ। ਨੈਕਸਟ ਆਜੂਗਾ ਜੀ ਮਨੁੱਖ ਵਿੱਚ ਗੁਰਦੇ ਇੱਕ ਤੰਤਰ ਪ੍ਰਣਾਲੀ ਦਾ ਭਾਗ ਹਨ, ਜੋ ਕਿ ਹੈਗੇ ਜੀ ਸੰਬੰਧਿਤ ਮਲ ਤਿਆਗ, ਠੀਕ ਹੈ। ਨੈਕਸਟ ਆਜੂਗਾ ਜੀ ਪ੍ਰੂਵੇਟ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ ਪਾਣੀ ਦੇ ਤਾਪ ਦੀ ਪ੍ਰਕਿਰਿਆ ਦੀ ਦੇਣ ਆ, ਕਿਹੜਾ ਵਾ। ਸੋ ਇਹ ਤੁਸੀਂ ਦੇਖ ਲਿਓ, ਇਹ ਮੈਨੂੰ ਪਤਾ ਨਹੀਂ, ਲਿਊਕਲੀਅਸ ਮਾਈਕੋਕਾਂਡਰੀਆ ਹੋਊਗਾ ਜਾਂ ਆਹ ਹੋਊਗਾ, ਠੀਕ ਹੈ, ਬੀ ਆਪਸ਼ਨ। ਪੌਦਿਆਂ ਵਿੱਚ ਜਾਇਲਮ ਦਾ ਕੀ ਕੰਮ ਹੁੰਦਾ, ਪਾਣੀ ਦਾ ਪ੍ਰਵਾਹਨ, ਬਹੁਤ ਇੰਪੋਰਟੈਂਟ। ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈਂਜ਼ ਬਣਾਉਣ ਲਈ ਵਰਤਿਆ ਜਾਂਦਾ, ਠੀਕ ਹੈ, ਕਿਹੜਾ ਵਰਤਿਆ ਜਾਂਦਾ ਵਾ, ਪਲਾਸਟਿਕ ਨਹੀਂ ਵਰਤੀ ਜਾਂਦੀ, ਕੱਚ, ਫਿਲਾਪੀ ਨਹੀਂ ਵਰਤਿਆ ਜਾਂਦਾ, ਸੋਰੀ, ਮਿੱਟੀ। ਨੈਕਸਟ ਆਜੂਗਾ ਜੀ ਆਪਣਾ
सो नैक्सट आजू मोटर वाहन पिछे देखने लिए वरतों के दर्पण की कीती जाती है उत्तर दर्पण की। ठीक है नैक्सट आजू साधारण दृष्टि व्यक्ति ठीक है न्यूनतमक दूरी की होगी 25 सेंटीमीटर। नैक्सट आजूगा जी अपना अणअक्षी शाहक्रिया की फलोपी अमल करता ईस्ट विच। ठीक है नैक्सट आजूगा जी दही विच की होंगे केड़ा तेजाब होंगे पर तेजाब वाला अपन लैसे नहीं है सो ये कहेंगे नहीं। नेत्र लेंस की फोकस दूरी परिवर्तन किया जा सकता है। ठीक है सो कीच प्रैटीना द्वारा। ठीक है सो नैक्सट आजूगा जी पानी की कठोरता ये भी नहीं है अपन। नैक्सट आजूगा जी अवतल दर्पण की वक्रता दा ठीक है की है सो ये चाहिए जी आ सो हूँ कर दिया जी। नैक्सट आर ते फोकस दूरी विचले संबंध ठीक है सो ये तुसी देख लियो आ होगा मेरे हिसाब ना। नैक्सट आजूगा जी अपना कोई लड़का अपने पिता तो नवसूत्र नू प्राप्त करता है। ठीक है किदा करता वाई सूत्र ते नैक्सट कर दें जी लोहा हेठ लिखे केड़ी धात नू। ठीक है सो ये तुसी देख लेना वा केड़ा वा ते नैक्सट आजूगा जी लोहे की वस्तु नू सी पेंट क्यों करते हैं। ठीक है हेठ लिखे विचों रचना करो ब्यूटेन हेक्सेल दी ये आपां हुण कीते आ। ठीक है सो देखते हैं सो जिहड़ा लोहे की वस्तु ने तो बहुत सौखा वा जंग लगन लिए ठीक है हवा के पानी के संपर्क च ना आए इस करके असीं हुण पेंट करते हैं क्योंकि वह आंदा जो फिर जंग लग जाता जो दूसरा करते हैं। सो एक तो आह सीगा की कहें ठीक है एक आह सीगा हुण ही करके हटे हाँ हुण करते हैं जी। नैक्सट साढ़े मेह के तेजाब की कीमत तो यह उत्ते करके हटे हाँ उत्ते जाके देख लियो जनन किरिया किसी प्रजाति ये भी नहीं आएगा। ठीक है अपन वह किरे किड़े कारक हैं जो नवी जाति पैदा करने के सहायक होंगे चलो ये कर। सो दोस्तों यही अपन लग आया वा ठीक है वह मतलब जेडे आप किड़े कारक हैं जो नवी जाति पैदा करते हैं। ठीक है कुदरती चोन अनुवंशिक विचलन भूगोलिक विखेरा मैनू नहीं लगता इन्ना इंपोर्टेंट है। सो ये तीमा रहन दो तीमा का कोई है नहीं 5 मीटर फोकस दूरी वाले उत्तर लेंस की शक्ति पता करनी है ये कर लेंगे व्याख्या करो ग्रह क्यों नहीं टमाउंटे। ठीक है ये दोनों इंपोर्टेंट है पिछले पेपर च भी आए थे सो ये दोनों करते हैं साह किरिया वाला। ठीक है ये भी कर लेंगे नाल दे लगते जिवें तुसीं देख सकते हो ग्रह क्यों नहीं टमाउंटे। ठीक है तुसीं पढ़ लेना वा हुण करते हैं जी नैक्सट अणअक्षी ते आक्सी सीरिया तुसीं पढ़ लेना वा साढ़े मेह दे विच तेजाब वाला भी पढ़ लेना वा जिवें मैं तुहानूं दिखाया सीगा हुणी हुण करते हैं जी नैक्सट। सो नैक्सट आजू किसी वस्तु का स्वास्थिक अते समान आकार प्रतिबिंब करने लई वस्तु नू उत्तर लेंस के सामने रखना जाना। ठीक है ये आपां रहण दिंदे आ ये नहीं आना इन्ना कुछ है नहीं किसी शब्द कोश विच छोटे अक्षरां नू पढ़न दे समय तुसी हेठां विचों केड़ा लेंस वरतोंगे। ठीक है तो इहदा आंसर हैगा जी 5 सेंटीमीटर फोकस दूरी वाले उत्तर लेंस। सो एक आह सीगा की कहिंदे आ 5 मीटर वाला। ठीक है सो ये करदे आ सो यदा मैं पता तुसी कर ही लोगे तो हुण करदे आ जी आपां नैक्सट। नैक्सट आजूगा जी अपना ईथेन का अणवी सूत्र की है। ठीक है सो की है इहदा आंसर 7 सहयोजन। सो आपां की कहिंदे यार वह कीते ही नहीं की कहिंदे आ आपां सीधा आंसर देखीए आप MCQ किते ही नहीं सो MCQ रह गए थे अपने MCQ है समझा तंग वाला यह है नहीं अपन चैप्टर। ठीक है नैक्सट आजू विकास दृष्टि तो साड़ी किस नाल वधेरे समानता। ठीक है किस नाल वधेरे समानता हैगी अपनी चिंपैंजी ना। ठीक है या चीन के विद्यार्थी भी हो सकता मैं इन्ना याद नहीं गा चिंपैंजी हो सकता। ठीक है नैक्सट आजूगा जी सो केड़ा हारमोन लड़कियां विच जोबन अवस्था के लक्षणों को कंट्रोल करता। ठीक है ये नहीं पता अपन देख लियो ए भी नहीं सो इन्हां चो ए हो सकता वा। ठीक है हुण करते हैं जी नैक्सट। नैक्सट हैगा जी अपना 17वां हैगा जी मोटर वाणा पिछे तो कर ले आने। सो इत्थे हुंदा जी अपना पेपर कंप्लीट क्योंकि इहदे च वड्डे दित्ते नहीं होए वड्डे मैं तुहानूं दस दिया किहड़े किहड़े आने आ ते एक शाम कनू होर आऊगा पेपर। ठीक है वो वेट करियो चलो दोस्तों चंगा बाय।